ਇੱਕ ਤਾਂ ਜਿਹੜੇ ਪੰਜ ਮੁੱਖ ਬੈਂਕ ਨੇ ਉਹਨਾਂ ਨੇ ਸਾਡਾ ਵੇਜ ਰਿਵੀਜ਼ਨ ਜਿਹੜਾ ਨਵੰਬਰ 2017 ਤੋਂ ਡਿਊ ਹੈ ਉਹਦੇ ਵਿੱਚ ਕੰਪਲੀਟ ਮੈਂਡੇਟ ਨਹੀਂ ਦਿੱਤਾ ਹੈ। ਇਹ ਸਰਕਾਰ ਦੀ ਸ਼ਹਿ ਦੇ ਉੱਪਰ ਇਹ ਸ਼ਰਾਰਤ ਕੀਤੀ ਜਾ ਰਹੀ ਹੈ ਆਫਿਸਰਾਂ ਨੂੰ ਵੰਡਣ ਦੀ। ਸਕੇਲ 3 ਤੱਕ ਦਾ ਮੈਂਡੇਟ ਦਿੱਤਾ ਗਿਆ, ਅੱਗੇ ਸਾਡਾ ਜਿਹੜਾ ਵੇਜ ਰਿਵੀਜ਼ਨ ਹੁੰਦਾ ਸੀ ਉਹ ਸਕੇਲ 1-7 ਹੁੰਦਾ ਸੀ, ਹੁਣ ਇਹਨਾਂ ਨੇ ਕਿਹਾ ਵੀ ਜਿਹੜੇ 4-7 ਹੈਗੇ ਨੇ ਉਹਨਾਂ ਨੂੰ ਅਸੀਂ ਅਲੱਗ ਦੇਵਾਂਗੇ। ਸਾਡਾ ਇਹ ਹੈ ਵੀ ਜਿੰਨੇ ਵੀ ਬੈਂਕ ਨੇ ਉਹ ਕੰਪਲੀਟ ਮੈਂਡੇਟ ਦੇਣ ਤਾਂ ਕਿ ਜਿਸ ਤਰ੍ਹਾਂ ਸਾਡਾ ਵੇਜ ਰਿਵੀਜ਼ਨ 5 ਸਾਲ ਬਾਅਦ ਹੁੰਦਾ ਹੈ ਉਹ ਨਵੰਬਰ 2017 ਤੋਂ ਡਿਊ ਹੈ ਉਹ ਹੋ ਸਕੇ। ਅੱਜ 1 ਦਿਨ ਦੀ ਸਟ੍ਰਾਈਕ ਹੈ, ਇਸ ਤੋਂ ਬਾਅਦ ਯੂਨਾਈਟਿਡ ਫੋਰਮ ਜਿਹਦੇ ਵਿੱਚ ਅਵਾਰਡ ਸਟਾਫ ਦੀਆਂ ਵੀ ਆਰਗੇਨਾਈਜੇਸ਼ਨ ਨੇ, 26 ਤਰੀਕ ਦੀ ਫਿਰ ਦੁਬਾਰਾ ਸਟ੍ਰਾਈਕ ਦੀ ਕਾਲ। ਜਿਹੜੇ ਆਈ ਬੋਕ ਦੇ ਨਾਲ ਐਫੀਲੇਟਡ ਬੈਂਕ ਨੇ ਸਾਰੇ ਉਹ ਸਾਰੇ ਬੰਦ ਨੇ। ਕੁਛ ਛੋਟੇ ਛੋਟੇ ਬੈਂਕ ਜਿਹੜੇ ਹੋਣਗੇ ਜਿਨ੍ਹਾਂ ਦੇ ਵਿੱਚ ਆਈ ਬੋਕ ਨਹੀਂ ਹੈਗੀ ਉਹ ਹੋ ਸਕਦਾ ਖੁੱਲ੍ਹੇ ਹੋਣ, ਅਦਰਵਾਈਜ਼ ਸਾਰੇ ਬੈਂਕ ਬੰਦ ਨੇ। ਬਿਲਕੁਲ, ਹੋਰ ਇਸ ਤੋਂ ਇਲਾਵਾ ਸਾਡੇ ਕੋਲੋਂ ਸਰਕਾਰ ਨੇ ਕੋਈ ਸਾਨੂੰ ਰਸਤਾ ਹੀ ਨਹੀਂ ਦਿੱਤਾ ਵੀ ਅਸੀਂ ਸੰਘਰਸ਼ 'ਤੇ ਜਾਣਾ ਪਿਆ, ਸਾਨੂੰ ਮਜਬੂਰੀ ਹੈ ਸਾਡੀ, ਕਿਉਂਕਿ ਜਿੰਨੀ ਦੇਰ ਤੱਕ ਇਹ ਵੀ ਪਿਛਲਾ ਵੀ ਦੇਖਿਆ ਗਿਆ ਹਿਸਟਰੀ ਕਿ ਅਸੀਂ ਜਿੰਨੀ ਦੇਰ ਤੱਕ ਹੜਤਾਲਾਂ ਨਹੀਂ ਕਰਦੇ ਆਪਣੀਆਂ ਜਾਇਜ਼ ਮੰਗਾਂ ਦੇ ਲਈ ਵੀ ਸਾਨੂੰ ਉਹ ਨਹੀਂ ਦਿੱਤੀਆਂ ਜਾਂਦੀਆਂ। ਸਾਡਾ ਵੇਜ ਰਿਵੀਜ਼ਨ ਨਵੰਬਰ 2017 ਤੋਂ ਡਿਊ ਹੈ ਔਰ ਜਿਹੜਾ ਹੈ ਅੱਜ ਦਸੰਬਰ 2018 ਹੋ ਗਿਆ ਹੈ, ਹਾਲੇ ਤੱਕ 5 ਬੈਂਕਾਂ ਨੇ ਮੈਂਡੇਟ ਨਹੀਂ ਦਿੱਤਾ ਵੇਜ ਰਿਵੀਜ਼ਨ ਤਾਂ ਬਾਅਦ ਦੀ ਗੱਲ ਹੈ। ਸਾਡਾ ਇਹੀ ਹੈ ਵੀ ਇੱਕ ਤਾਂ ਮੈਂਡੇਟ ਕੰਪਲੀਟ ਦਿੱਤਾ ਜਾਏ ਔਰ ਸਾਡਾ ਵੇਜ ਰਿਵੀਜ਼ਨ ਜਲਦੀ ਤੋਂ ਜਲਦੀ ਕੀਤਾ ਜਾਏ।